ਅਕਾਲ ਜੀ ਸਾਰਿਆਂ ਨੂੰ। ਸੋ ਹੋਮ ਗਲੋਬਲ ਦੇ ਪੇਜ ਦੇ ਮਾਧਿਅਮ ਰਾਹੀਂ ਅੱਜ ਲਾਈਵ ਹੋਣ ਦਾ ਅਗੇਨ ਮੌਕਾ ਮਿਲਿਆ ਅਤੇ ਚਾਹੁੰਦਾ ਸੀਗਾ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਵਾਂ, ਥੋੜ੍ਹੀ ਜਿਹੀ ਰਿਊਮਰਸ ਵੀ ਸੀਗੇ, ਥੋੜ੍ਹੀ ਜਿਹੀ ਅਪਡੇਸ਼ਨ ਸੀਗੀਆਂ ਅਤੇ ਨਵੀਆਂ ਗਾਈਡਲਾਈਨ ਸੀਗੀਆਂ। ਸੋ ਜਿੱਦਾਂ ਜਿੱਦਾਂ ਰੂਲਸ ਦੇ ਵਿੱਚ ਇਹ ਤਬਦੀਲੀ ਆਉਣੀ ਸ਼ੁਰੂ ਹੋਈ, ਹਰ ਇੱਕ ਨੇ ਪ੍ਰਮੋਸ਼ਨ ਕੀਤੀ, ਐਡ ਕੀਤੀ, ਕਿਸੇ ਨੇ ਇਨਫੋਰਮੇਸ਼ਨ ਚੰਗੀ ਵੀ ਦਿੱਤੀ ਅਤੇ ਕਿਤੇ ਨਾ ਕਿਤੇ ਰਿਊਮਰਸ ਵੀ ਬਹੁਤ ਜ਼ਿਆਦਾ ਫੈਲਾਏ ਗਏ। ਸੋ ਥੋੜ੍ਹੀ ਜਿਹੀ ਕਲੈਰਿਟੀ ਦੇਣਾ ਚਾਹੁੰਦਾ ਸੀਗਾ ਕਿ ਰੂਲਸ ਦੇ ਉੱਤੇ ਤਬਦੀਲੀ ਜਿਹੜੀ ਹੋਈ ਹੈ। ਅੱਜ ਵੀ ਡਰ ਹੈਗਾ ਸਟੂਡੈਂਟਸ ਦੇ ਦਿਲਾਂ ਦੇ ਵਿੱਚ ਕੈਨੇਡਾ ਵੀਜ਼ਾ ਨੂੰ ਲੈ ਕੇ। ਸਟੂਡੈਂਟ ਕੈਨੇਡਾ ਵੀ ਜਾਣਾ ਚਾਹੁੰਦੇ ਨੇ ਬਟ ਕਲੈਰਿਟੀ ਮਿਲ ਨਹੀਂ ਪਾ ਰਹੀ ਸਹੀ ਤਰੀਕੇ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਕੈਨੇਡਾ ਦੀ ਐਪਲੀਕੇਸ਼ਨ ਪ੍ਰੋਸੈਸ ਹੋਏਗੀ। ਸੋ ਜਦੋਂ 10 ਅਗਸਤ ਨੂੰ ਅਪਡੇਸ਼ਨ ਆਈ ਸੀਗੀ ਜਿਹਦੇ ਵਿੱਚ 6 ਬੈਂਡ ਓਵਰਆਲ ਕੀਤੇ ਗਏ। ਸੋ 6 ਬੈਂਡ ਓਵਰਆਲ ਦੇ ਨਾਲ ਐਡਵਾਂਟੇਜ ਇਹ ਸੀਗੀ ਕਿ ਕਿਤੇ ਨਾ ਕਿਤੇ ਜਿਹੜਾ ਸਟੂਡੈਂਟ ਵਿਲਿੰਗ ਸੀਗਾ ਕਿ ਕੈਨੇਡਾ ਜਾਣਾ ਬਟ 6 ਈ 'ਚ ਨਹੀਂ ਆ ਪਾ ਰਹੇ। ਸੋ ਜਾਣਾ ਵੀ ਕੈਨੇਡਾ ਸੀਗਾ, ਕਿਸੇ ਦੇ ਰਿਲੇਟਿਵ ਨੇ, ਕਿਸੇ ਦੇ ਫਰੈਂਡ ਆ ਜਾਂ ਫੈਮਿਲੀ ਸੈਟਲ ਨੇ। ਸੋ ਸਟੂਡੈਂਟ ਚਾਹੁੰਦਾ ਸੀਗਾ ਕਿ ਅਸੀਂ ਐਪਲੀਕੇਸ਼ਨ ਆਪਣੀ ਪ੍ਰੋਸੈਸ ਕਰੀਏ ਅਤੇ ਕੈਨੇਡਾ ਦਾ ਵੀਜ਼ਾ ਹਾਸਿਲ ਕਰੀਏ। ਬਹੁਤ ਐਡਵਾਂਟੇਜ ਰਿਹਾ ਕਿਸੇ ਦੇ। 10 ਅਗਸਤ ਦੀ ਜਦੋਂ ਗੱਲ ਕਰਦੇ ਹਾਂ ਅਪਡੇਸ਼ਨ ਦੇ ਬਾਰੇ ਜਦੋਂ ਗੱਲ ਹੋਈ, ਸੋ ਪਹਿਲੇ ਹੀ ਕਾਫੀ ਐਪਲੀਕੇਸ਼ਨ ਅਸੀਂ ਲੈ ਚੁੱਕੇ ਸੀਗੇ ਸੋ ਦੈਟ ਕਿ 10 ਅਗਸਤ ਤੋਂ ਲੌਜ ਕਰ ਸਕੀ। ਸੋ ਜਿੱਦਾਂ ਹੀ ਲੌਜ ਕੀਤੀਆਂ 12-13 ਦਿਨਾਂ ਦੇ ਵਿੱਚ ਸਾਡੇ ਰਿਜ਼ਲਟਸ ਆਉਣੇ ਜਿਹੜੇ ਆ ਸਟਾਰਟ ਹੋ ਗਏ ਸੀਗੇ। ਸੋ ਜਦੋਂ ਮੈਂ ਲਾਈਵ ਕੀਤਾ ਸੀਗਾ 4 ਵੀਜ਼ੇ ਇਕੱਠੇ ਆਏ ਸੀਗੇ। ਸੋ ਉਦੋਂ ਵੀ ਸਾਰਿਆਂ ਨੂੰ ਇਹ ਸੀਗਾ ਕਿ ਪਤਾ ਨਹੀਂ 2-5 ਦੇ ਨਾਲ ਵੀਜ਼ੇ ਆਊਗੇ ਨਹੀਂ ਆਊਗੇ, 1-5 ਦੇ ਨਾਲ ਵੀਜ਼ੇ ਆਊਗੇ ਕਿ ਨਹੀਂ ਆਊਗੇ। ਸੋ ਲਾਈਵ ਜਦੋਂ ਤੁਹਾਨੂੰ ਰਿਜ਼ਲਟ ਦਿਖਾਇਆ 2-5 ਵਾਲੇ ਦੇ ਵੀਜ਼ੇ ਸੀਗੇ, 1-5 ਵਾਲੇ ਦੇ ਵੀਜ਼ੇ ਸੀਗੇ। ਸੋ 6 ਓਵਰਆਲ 1-4 ਬੈਂਡ ਵਾਲੇ ਬੱਚੇ ਦਾ ਵੀ ਵੀਜ਼ਾ ਰਿਹਾ ਸੀਗਾ। ਸੋ ਰਿਜੈਕਸ਼ਨਸ ਤੋਂ ਬਾਅਦ ਵੀ ਜਿਹੜੇ ਇਹ ਵੀਜ਼ਾਸ ਗ੍ਰਾਂਟ ਹੋਏ ਸੀਗੇ ਦੇਖਣ ਨੂੰ ਮਿਲੇ ਸੀਗੇ। ਸੋ ਹੁਣ ਅਗਰ ਆਪਾਂ ਗੱਲ ਕਰੀਏ, ਸੋ ਉਦੋਂ ਮੈਂ ਕਿਹਾ ਸੀਗਾ ਕਿ ਲਿਮਿਟਡ ਜਿਹਾ ਟਾਈਮ ਰਹੂਗਾ, ਜਿੰਨੇ ਵੀ ਆਪਣੀ ਐਪਲੀਕੇਸ਼ਨਸ ਕਰਨਾ ਚਾਹੁੰਦੇ ਨੇ ਸੋ ਆਪਦੀ ਐਪਲੀਕੇਸ਼ਨਸ ਲੌਂਚ ਕਰਕੇ ਕੈਨੇਡਾ ਦਾ ਵੀਜ਼ਾ ਹਾਸਲ ਕਰ ਸਕਦੇ ਨੇ। ਸੋ ਜਦੋਂ ਵੀਜ਼ਾਸ ਵੱਡੇ ਪੱਧਰ ਦੇ ਉੱਤੇ ਲੱਗੇ, ਸੋ ਇਹ ਵੀ ਉਸ ਚੀਜ਼ ਦੇ ਉੱਤੇ ਅਪਡੇਸ਼ਨ ਦਿੱਤੀ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਐਪਲੀਕੇਸ਼ਨਸ ਨਹੀਂ ਲਈਆਂ ਜਾਣਗੀਆਂ, ਸੋ ਇਸ ਚੀਜ਼ ਦਾ ਫਾਇਦਾ ਲੈ ਸਕਦੇ ਹੁਣ ਦੀ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਾ ਕੇ ਕੈਨੇਡਾ ਦਾ ਵੀਜ਼ਾ ਹਾਸਲ ਕਰ ਸਕਦੇ। ਸੋ ਬਹੁਤ ਸਾਰੇ ਸਟੂਡੈਂਟਸ ਨੇ ਵੀਜ਼ਾਸ ਹਾਸਲ ਕੀਤੇ ਉਹਦੇ ਨਾਲ ਨਾਲ ਜਿੱਦਾਂ ਹੀ ਚੇਂਜਸ ਆਉਣੇ ਸ਼ੁਰੂ ਹੋਏ। ਸੋ ਇਹ ਮੈਂ ਕਿਹਾ ਕਿ ਬ੍ਰੇਕ ਜ਼ਰੂਰ ਲੱਗੂਗੀ ਇਸ ਚੀਜ਼ ਦੇ ਉੱਪਰ, ਚਾਹੇ ਮੈਂ ਟੀ ਵੀ ਸ਼ੋਜ਼ ਦੇ ਉੱਪਰ ਬੋਲਿਆ ਜਾਂ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਬੋਲਿਆ, ਇੰਸਟਾਗ੍ਰਾਮ, ਫੇਸਬੁੱਕ ਲਾਈਵ ਦੇ ਨਾਲ। ਸੋ ਜਦੋਂ ਬ੍ਰੇਕ ਲੱਗੀ ਹੁਣ 22 ਜਨਵਰੀ ਨੂੰ ਇੱਕ ਹੋਰ ਨਵੀਂ ਅਪਡੇਸ਼ਨ ਜਿੱਦਾਂ ਹੀ ਆਈ ਸੀਗੀ, ਥੋੜ੍ਹੇ ਜਿਹੇ ਵੱਡੇ ਚੇਂਜਸ ਜਿਹੜੇ ਆ ਦੇਖਣ ਨੂੰ ਮਿਲੇ ਸੀਗੇ। ਸੋ ਇਹਦੇ ਨਾਲ ਨਾਲ ਸਪਾਊਸ ਵੀਜ਼ਾ ਐਪਲੀਕੇਸ਼ਨ ਦੀ ਵੀ ਗੱਲ ਹੋਈ। ਜਦੋਂ ਸਪਾਊਸ ਸਟਾਰਟ ਕੀਤਾ ਸੀਗਾ ਕਈਆਂ ਨੂੰ ਹਜੇ ਵੀ ਬਿਲੀਵ ਨਹੀਂ ਸੀਗਾ ਕਿ ਸਪਾਊਸ ਵੀਜ਼ਾ ਇਕੱਠਿਆਂ ਦਾ ਹੋਊਗਾ ਕਿ ਨਹੀਂ ਹੋਊਗਾ। ਸੋ ਬਹੁਤ ਸਾਰੇ ਐਪਲੀਕੈਂਟ ਐਸੇ ਵੀ ਹੈ ਕਿ ਜਿਹੜੇ 12th ਬੇਸਿਸ ਦੇ ਉੱਤੇ ਮੇਨ ਐਪਲੀਕੈਂਟ ਗਏ ਆ ਜਾਂ ਗ੍ਰੈਜੂਏਟ ਡਿਪਲੋਮਾ ਲੈ ਕੇ ਗਏ ਆ ਬਟ ਉਹਦੇ ਸਪਾਊਸ ਜਿਹੜੇ ਨੇ ਇੱਥੇ ਹੈਗੇ ਨੇ। ਸੋ ਰੋਕ ਜਿਹੜੀ ਲੋਕ ਕਹਿੰਦੇ ਆ ਕਿ ਲੱਗ ਚੁੱਕੀ ਉਸ ਚੀਜ਼ ਉੱਤੇ, ਯਾਰ ਬਹੁਤ ਸਾਰੇ ਤਰੀਕੇ ਹੈਗੇ ਹੋਰ ਵੀ ਕੈਨੇਡਾ ਜਾਣ ਦੇ, ਇਹਦੇ ਨਾਲ ਨਾਲ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਕਰ ਸਕਦੇ ਹੋ। ਸੋ ਜਿਹੜੇ ਸਪਾਊਸ ਹੈਗੇ ਨੇ ਉਹ ਵਰਕ ਪਰਮਿਟ ਐਪਲੀਕੇਸ਼ਨ 'ਤੇ ਵੀ ਵੀਜ਼ਾ ਲੈ ਸਕਦੇ ਨੇ। ਸੋ ਬੈਕ ਟੂ ਦ ਸਟੂਡੈਂਟ ਵੀਜ਼ਾ, ਕੋਟਾ ਸਿਸਟਮ ਦੀ ਜਦੋਂ ਗੱਲ ਹੋਈ ਸੀਗੀ ਕਿ 31 ਮਾਰਚ ਦਾ ਟਾਈਮ ਦਿੱਤਾ ਗਿਆ ਸੀਗਾ ਪ੍ਰੋਵਿੰਸ ਅਟੈਸਟੇਸ਼ਨ ਲੈਟਰ ਕੈਪਿੰਗ ਜਦੋਂ ਹੋਈ ਹੈ ਕਿ ਜਿਹੜੇ ਪਹਿਲਾਂ ਜਿੱਦਾਂ ਐਪਲੀਕੇਸ਼ਨਸ ਹੁੰਦੀਆਂ ਸੀਗੀਆਂ ਕਿ ਬਹੁਤ ਸਾਰਾ ਜਿਹੜਾ ਵੀ ਐਪਲੀਕੈਂਟ ਹੈਗਾ 6 ਬੈਂਡ ਨੇ ਉਹ ਆ ਜੇ, ਸੋ ਪਰਸੈਂਟੇਜ ਘੱਟ ਹੈ ਉਹ ਆ ਜੇ, ਰਿਜੈਕਟ ਹੈਗਾ ਉਹ ਆ ਜੇ, ਹੁਣ ਜਿਹੜੀ ਕੈਪਿੰਗ ਹੋਈ ਹੈ ਸੋ ਲਿਮਿਟਡ ਜੀ ਐਪਲੀਕੇਸ਼ਨਸ ਲਈਆਂ ਜਾਣਗੀਆਂ। ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਦੀ ਇਨਫੋਰਮੇਸ਼ਨ ਦੇ ਦਿੰਦਾ ਕਿ ਹੁਣ ਹੋਣ ਦੀਆਂ ਜਿਹੜੀਆਂ ਫਾਈਲਾਂ ਨੇ
ਜਿੰਨੇ ਵੀ ਐਪਲੀਕੈਂਟ ਨੇ, 2 ਚ 5.5 ਨੇ, 3 ਚ 5.5 ਹੈ, 1 ਚ 5 ਹੈ, 6 ਓਵਰਆਲ ਹੈਗੇ ਆ, 60 ਸਕੋਰ ਪੀਟੀ ਦੇ ਵਿੱਚ ਹੈ, ਚਾਹੇ ਤੁਹਾਡੀ ਪਰਸੈਂਟੇਜ 50% ਵੀ ਹੈਗੀ ਹੈ ਐਜੂਕੇਸ਼ਨ ਦੇ ਵਿੱਚ। ਸੋ ਹੁਣ ਤੁਸੀਂ ਕਿਤਾਬ ਦੀਆਂ ਐਪਲੀਕੇਸ਼ਨਸ ਨੂੰ ਪ੍ਰੋਸੈਸ ਕਰੋਗੇ ਅਤੇ ਵੀਜ਼ੇ ਲੈ ਸਕਦੇ ਹੋ। ਬਟ ਆਉਣ ਵਾਲੇ ਟਾਈਮ ਦੀ ਅਗਰ ਮੈਂ ਗੱਲ ਕਰਾਂ, ਜਿੱਦਾਂ ਆਲਮੋਸਟ ਅੱਜ 31 ਤਰੀਕ ਹੋ ਗਈ ਹੈ, ਅਪ੍ਰੈਲ ਸਟਾਰਟ ਹੋ ਜਾਏਗਾ ਜੀ, ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਜਿੱਦਾਂ ਮੰਥ ਕ੍ਰੋਸ ਹੋਊਗਾ, ਜੂਨ ਦੇ ਵਿੱਚ ਵੀਜ਼ਾ ਦੇਖਣ ਨੂੰ ਮਿਲੂਗੇ, ਜੁਲਾਈ ਦੇ ਵਿੱਚ ਵੀਜ਼ਾ ਦੇਖਣ ਨੂੰ ਮਿਲੂਗੇ, ਅਗਸਤ 'ਚ ਵੀਜ਼ਾ ਦੇਖਣ ਨੂੰ ਮਿਲੂਗੇ। ਬਟ ਜਿੱਦਾਂ ਜਿੱਦਾਂ ਟਾਈਮ ਬੀਤਦਾ ਜਾਊਗਾ, ਵੀਜ਼ਾ ਦੀ ਰੇਸ਼ੋ ਜਿਹੜੀ ਹੈ ਉੱਦਾਂ ਹੀ ਰਹੇਗੀ। ਬਟ ਜਿਹੜੀ ਐਪਲੀਕੇਸ਼ਨ ਕਾਲਜਿਸ ਵੱਲੋਂ ਜਾਂ ਯੂਨੀਵਰਸਿਟੀਜ਼ ਵੱਲੋਂ ਅਕਸੈਪਟ ਹੋਣਗੀਆਂ ਉਹ ਘਟੇਗੀ, ਕਿਉਂਕਿ ਉਹਨਾਂ ਨੇ ਅੱਛੀ ਪ੍ਰੋਫਾਈਲ ਹੀ ਲੈਣੀ ਹੈ। ਜਦੋਂ ਇੱਕ ਕੈਪਿੰਗ ਦੇ ਵਿੱਚ ਕੋਟਾ ਮਿਲਿਆ, ਫੋਰ ਐਗਜ਼ਾਮਪਲ ਕਿਸੇ ਕਾਲਜ ਨੂੰ 100 ਐਪਲੀਕੇਸ਼ਨ ਦਾ ਕੋਟਾ ਮਿਲਿਆ ਕਿ 100 ਐਪਲੀਕੇਸ਼ਨ ਤੁਸੀਂ ਲੈ ਸਕਦੇ ਹੋ, ਸੋ ਕਾਲਜ ਦੀ ਪ੍ਰਾਇਓਰਿਟੀ ਇਹੀ ਰਹੇਗੀ ਕਿ ਮੈਂ ਵਧੀਆ ਪ੍ਰੋਫਾਈਲ ਨੂੰ ਹੀ ਪਿੱਕ ਕਰਾਂ। ਸੋ ਜਿੰਨੇ ਵੀ ਐਪਲੀਕੈਂਟ ਨੇ, ਅਗਰ ਕਿਸੇ ਦੀ ਪਰਸੈਂਟੇਜ ਘੱਟ ਹੈ, ਐਗਜ਼ਾਮਪਲ ਕਿਸੇ ਦੀ 50% ਮਾਰਕਸ ਨੇ ਪੜ੍ਹਾਈ ਦੇ ਵਿੱਚ, ਗੈਪ ਹੈ, ਆਲਰੇਡੀ ਰਿਜੈਕਟ ਹੋ ਚੁੱਕੇ ਹੋ, 6 ਬੈਂਡ ਓਵਰਆਲ ਹੈ, 2 ਚ 5.5 ਹੈ, 3 ਚ 5.5 ਹੈ, ਸੋ ਹੁਣ ਤੁਸੀਂ ਆਪਦੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਸਕਦੇ ਹੋ। ਸੋ ਵਰੀ ਵਾਲੀ ਗੱਲ ਇਹ ਵੀ ਹੈਗੀ ਹੈ ਕਿ ਪ੍ਰੋਵਿੰਸ ਅਟੈਸਟੇਸ਼ਨ ਲੈਟਰ, ਜਿੱਥੇ ਪਹਿਲਾਂ ਹਰ ਇੱਕ ਏਜੰਟ ਵੱਲੋਂ ਐਡ ਹੁੰਦੀ ਸੀਗੀ ਕਿ ਕੈਨੇਡਾ ਵੀਜ਼ਾ ਹਾਸਲ ਕਰੋ, ਕੈਨੇਡਾ ਵੀਜ਼ਾ ਹਾਸਲ ਕਰੋ, ਸੋ ਉਹ ਕਈ ਏਜੰਟਸ ਜਿਹੜੇ ਆ ਇਸ ਚੀਜ਼ ਦੇ ਉੱਤੇ ਬੋਲਣਾ ਬੰਦ ਹੋ ਜਾਣਗੇ, ਕਿਉਂਕਿ ਅਟੈਸਟੇਸ਼ਨ ਲੈਟਰ ਦੀ ਕੈਪਿੰਗ ਹੋਣ ਕਰਕੇ ਇੰਨੀ ਅਟੈਸਟੇਸ਼ਨ ਲੈਟਰਸ ਕਿਸੇ ਕੋਲ ਹੈ ਨਹੀਂ ਹੈ। ਸੋ ਅੱਜ ਵੀ ਅਸੀਂ ਸੱਦਾ ਦਿੰਦੇ ਹਾਂ ਜਿੰਨੇ ਵੀ ਐਪਲੀਕੈਂਟ ਹੈਗੇ ਆ ਕੈਨੇਡਾ ਜਾਣਾ ਚਾਹੁੰਦੇ ਹੋ, ਸੋ ਪ੍ਰੋਵਿੰਸ ਅਟੈਸਟੇਸ਼ਨ ਲੈਟਰ, ਕਈ ਲੋਕ ਐਸੇ ਆ ਕਿ ਜਿਨ੍ਹਾਂ ਕੋਲ ਹਜੇ ਤੱਕ ਆਫਰ ਲੈਟਰਸ ਨਹੀਂ ਆ ਰਹੀਆਂ, ਇੱਕ ਦਿਨ ਦੇ ਵਿੱਚ ਤੁਹਾਡੀ ਪ੍ਰੋਵਿੰਸ ਅਟੈਸਟੇਸ਼ਨ ਲੈਟਰ ਅਪਰੂਵ ਕਰਾ ਕੇ ਦਾਂਗੇ ਜੀ। ਜਿੱਦਾਂ ਕਿ ਪਹਿਲਾਂ ਹੋਮ ਗਲੋਬਲ ਐਪਲੀਕੇਸ਼ਨਸ ਕਰਦਾ ਸੀਗਾ, 15 ਦਿਨ ਦੇ ਵਿੱਚ ਫਾਈਲ, ਆਫਰ ਲੈਟਰ ਤੋਂ ਲੈ ਕੇ ਐਮਬੈਸੀ ਤੱਕ ਲੌਜ ਹੁੰਦੀ, ਤਰੀਕੇ ਦੇ ਨਾਲ ਹੀ ਕਰਾਂਗੇ, 15 ਦਿਨ ਦੇ ਵਿੱਚ ਫਾਈਲ ਨੂੰ ਆਫਰ ਲੈਟਰ ਤੋਂ ਲੈ ਕੇ ਐਮਬੈਸੀ ਤੱਕ ਲੌਗਇਨ ਕਰਾਂਗੇ ਜੀ। ਸੋ ਜਿੰਨੇ ਵੀ ਐਪਲੀਕੈਂਟਸ ਨੇ ਕੈਨੇਡਾ ਜਾਣਾ ਚਾਹੁੰਦੇ ਨੇ ਜੀ, ਮੋਸਟ ਵੈਲਕਮ, ਆਪਦੀ ਐਪਲੀਕੇਸ਼ਨਸ ਤੁਸੀਂ ਕਰ ਸਕਦੇ ਹੋ। ਇਹਦੇ ਨਾਲ ਨਾਲ ਜਿਹੜੇ ਸਪਾਊਸ ਵੀਜ਼ਾਸ ਦੀ ਗੱਲ ਕਰੀਏ, ਸੋ ਬਹੁਤ ਸਾਰੇ ਲੋਕਾਂ ਨੂੰ ਸੀਗਾ, ਜੇ ਤਾਂ ਤੁਸੀਂ ਮਾਸਟਰਸ ਕਰਨਾ ਚਾਹੁੰਦੇ ਹੋ, ਡਿਗਰੀ ਦੇ ਵਿੱਚ ਐਡਮਿਸ਼ਨ ਲਈ ਹੈ, ਆਪਦੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ। ਇਸ ਤੋਂ ਆਲਟਰਨੇਟ ਜਿਹੜੇ ਐਸੇ ਐਪਲੀਕੈਂਟ ਹੈਗੇ ਆ, ਜਾਣਾ ਇਕੱਠਿਆਂ ਨੇ ਬਟ ਜਾਣਾ ਵੀ ਕੈਨੇਡਾ, ਸੋ ਬਹੁਤ ਸਾਰੇ ਤਰੀਕੇ ਸਾਡੇ ਕੋਲ ਹੈਗੇ ਆ। ਵਰਕ ਪਰਮਿਟ ਐਪਲੀਕੇਸ਼ਨ ਵੀ ਤੁਸੀਂ ਕਰ ਸਕਦੇ ਹੋ, ਵਿਜ਼ਟਰ ਵੀ ਕਰ ਸਕਦੇ ਹੋ। ਸੋ ਸਟੂਡੈਂਟ ਦੇ ਉੱਪਰ ਅਗਰ ਗੱਲ ਕਰਦੇ ਹਾਂ, ਬਹੁਤ ਥੋੜ੍ਹਾ ਸਮਾਂ ਜੀ, ਜਿੰਨੀ ਜਲਦੀ ਹੋ ਸਕਦਾ ਆਪਣੀ ਫੈਮਿਲੀ ਦੇ ਨਾਲ ਆਓ, ਡਾਕੂਮੈਂਟ ਨਾਲ ਲੈ ਕੇ ਆਓ। ਸੋ ਕਿਸੇ ਵੀ ਸਾਡੀ ਬ੍ਰਾਂਚ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ, ਕੱਲ੍ਹ ਤੋਂ ਅਗੇਨ ਆਫਿਸ ਵਰਕਿੰਗ ਹੋਏਗੀ ਜੀ। ਜਿੰਨੇ ਵੀ ਐਪਲੀਕੈਂਟ ਨੇ ਕੈਨੇਡਾ ਜਾਣਾ ਚਾਹੁੰਦੇ ਆ ਤੁਸੀਂ, ਉਹ ਤੁਹਾਡਾ ਫਰੈਂਡ ਸਰਕਲ ਹੈ, ਰੈਲੇਟਿਵ ਨੇ, ਸੋ ਹੁਣ ਦਾ ਟਾਈਮ ਹੈਗਾ, 15 ਦਿਨ ਦੇ ਵਿੱਚ ਤੁਸੀਂ ਫਾਈਲ ਲੌਗਇਨ ਕਰ ਸਕਦੇ ਹੋ। ਸੋ ਇਕਲੌਤੀ ਕੰਪਨੀ ਪੰਜਾਬ ਦੀ ਹੈ ਓਮ ਗਲੋਬਲ, ਜਿਹਨੇ ਨਵੀਆਂ ਪ੍ਰੋਵਿੰਸ ਅਟੈਸਟੇਸ਼ਨ ਲੈਟਰ ਦੇ ਉੱਪਰ ਵੀਜ਼ਾਸ ਲੈ ਲਏ। ਕਈ ਲੋਕਾਂ ਦੀ ਅਜੇ ਤੱਕ ਆਫਰ ਲੈਟਰ ਨਹੀਂ ਆਈਆਂ, ਕਈ ਲੋਕਾਂ ਨੇ ਅਟੈਸਟੇਸ਼ਨ ਲੈਟਰ ਤੱਕ ਨਹੀਂ ਦੇਖੀ, ਅਸੀਂ ਵੀਜ਼ਾ ਵੀ ਹਾਸਲ ਕਰ ਚੁੱਕੇ ਹਾਂ। ਸੋ ਕੈਨੇਡਾ ਜਾਣਾ ਚਾਹੁੰਦੇ ਹੋ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਓ ਆਪਦੇ ਫਰੈਂਡ ਸਰਕਲ ਦੇ ਵਿੱਚ, ਆਪਦੇ ਰੈਲੇਟਿਵ ਦੇ ਵਿੱਚ, ਸੋ ਦੈਟ ਕਿ ਕਿਸੇ ਦਾ ਵੀ ਭਲਾ ਹੋ ਸਕੇ। ਸੋ ਅੱਜ ਦੇ ਲਈ ਧੰਨਵਾਦ, ਨਵੀਂ ਅਪਡੇਸ਼ਨਸ ਦੇ ਨਾਲ ਮੈਂ ਅਤੇ ਮੇਰੀ ਓਮ ਗਲੋਬਲ ਦੀ ਪੂਰੀ ਟੀਮ ਤੁਹਾਨੂੰ ਜਿੱਦਾਂ ਜਿੱਦਾਂ ਸਾਡੇ ਕੋਲ ਅਪਡੇਸ਼ਨਸ ਆਣਗੀਆਂ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ। ਸੋ ਵੇਟ ਨਾ ਕਰੀਓ, ਡਾਕੂਮੈਂਟ ਲੈ ਕੇ ਆਓ, ਸੋ ਸਾਡੀ ਟੀਮ ਨਾਲ ਮਿਲ ਸਕਦੇ ਹੋ ਜੀ। ਅੱਜ ਲਈ ਧੰਨਵਾਦ। ਕੀ ਚੱਕਰ ਹੈ ਪੰਜ ਰੋਗੇ ਉੱਤੋਂ ਕੱਢਦੇ।